ਗੁਰਦੁਆਰਾ ਸੁਖਚੈਨ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ। ਇਸ ਦੌਰਾਨ ਸੁਖਬੀਰ ਬਾਦਲ ਦੇ ਆਉਣ 'ਤੇ ਮਾਹੌਲ ਗਰਮਾਇਆ, ਪਰ ਪੁਲਿਸ ਨੇ ਮੌਕੇ 'ਤੇ ਪਾਇਆ ਕਾਬੂ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਅਸਤੀਫੇ ਦਾ ਕੀ, ਆਪਣੀਆਂ ਜਾਨਾਂ ਵੀ ਦੇਣ ਲਈ ਤਿਆਰ ਹਾਂ। ਵਤਨ ਕੀ ਰਾਹੇ ਤੋਂ ਗੁਲਸ਼ਨ ਬੱਤਰਾ ਨਾਲ ਪਵਨ ਪਿੰਕਾ ਦੀ ਰਿਪੋਰਟ। ਕਿਉਂਕਿ ਬੀਬਾ ਹਰਸਿਮਰਤ ਕੌਰ ਜੀ ਨੇ ਉਹ ਕੁਰਬਾਨੀ ਕੀਤੀ ਜਿਹੜੇ ਲੋਕ ਸਾਨੂੰ ਚਾਹੁੰਦੇ ਸੀ ਕਿ ਸ਼ਾਇਦ ਇਹ ਕਦੀ ਕੁਰਬਾਨੀ ਨਹੀਂ ਕਰਨਗੇ। ਬੀਬਾ ਹਰਸਿਮਰਤ ਕੌਰ ਨੇ ਮੈਂ ਜ਼ਿਆਦਾ ਪੁੱਛਣਾ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ। ਅੱਜ ਤੋਂ ਆਪਣਾ ਇੱਕ ਨਵਾਂ ਸੰਘਰਸ਼ ਆਪਾਂ ਜੇਤੂ ਸੰਘਰਸ਼ ਸ਼ੁਰੂ ਕਰਨਾ। ਆਮ ਆਦਮੀ ਪਾਰਟੀ ਨੇ ਅਸਤੀਫਾ ਦੇ ਦਿੱਤਾ, ਤੁਹਾਨੂੰ ਪਤਾ ਹੈ। ਖੈਰੇ ਨੇ ਵੀ ਦਿੱਤਾ ਅਸਤੀਫਾ, MLA ਤਾਂ ਦਿੱਤਾ ਹੀ ਨਹੀਂ ਖੈਰੇ ਨੇ ਅਸਤੀਫਾ, ਹੋਰ 9 MLA ਦਿੱਤਾ ਹੀ ਨਹੀਂ ਤੇ ਹਜੇ ਤੱਕ ਮਨਜ਼ੂਰ ਕਿਉਂ ਹੋਇਆ? 2 ਸਾਲ ਹੋ ਗਏ, 2 ਸਾਲ ਹੋ ਗਏ। ਜਦੋਂ ਮੈਂ ਪੁੱਛਣਾ ਚਾਹੁੰਦਾ ਉਹ ਲੋਕਾਂ ਨੂੰ ਜਿਹੜੇ ਵਿਆਹ ਧਰਮਾਂ ਦੇ ਲੋਕ ਇੱਕ ਦੂਜੇ ਨੂੰ ਭਰਾ ਸਮਝ ਕੇ, ਭੈਣ ਸਮਝ ਕੇ ਇਕੱਠੇ ਰਹਿਣਗੇ। ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸਨ ਜਦੋਂ ਮੁੱਖ ਮੰਤਰੀ ਨੇ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਕਰੋੜਾਂ ਰੁਪਏ ਲਾ ਕੇ ਉਹਨਾਂ ਨੇ ਆਪ ਸਜਾਏ। ਭਗਵਾਨ ਵਾਲਮੀਕਿ ਜੀ ਦਾ ਸਥਾਨ ਰਾਮ ਜੀ ਨੇ ਦੇਖੋ ਕਿੰਨਾ ਖੂਬਸੂਰਤ ਬਣਾਇਆ। ਕਰਾਲਗੜ੍ਹ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੁਲਤਾਨ 200 ਕਰੋੜਾਂ ਬਣਾਉਣਾ ਸ਼ੁਰੂ ਕਰਤਾ, ਪਰ ਕਾਂਗਰਸ ਆਈ ਰੋਕ ਦਿੱਤਾ। ਦੁਰਗਿਆਨਾ ਮੰਦਿਰ ਨੂੰ ਇੰਨਾ ਖੂਬਸੂਰਤ ਬਣਾਤਾ। ਦਰਬਾਰ ਸਾਹਿਬ ਦੇਖੋ, ਜਿੱਥੇ ਵੀ ਕੋਈ ਕਿਸੇ ਵੀ ਧਰਮ ਦੀ ਕੋਈ ਪਵਿੱਤਰ ਦਿਨ ਹੁੰਦਾ ਸਾਹਿਬ ਮਾਤਰ ਮੁੱਖ ਮੰਤਰੀ ਆਪ ਜਾਂਦੇ, ਤਾਂ ਉਹ ਪੰਜਾਬ ਵਿੱਚ ਤਰੱਕੀ ਅਮਨ ਸ਼ਬਦ ਭਾਈਚਾਰੇ ਸਾਹਿਬ ਨੂੰ ਹੱਥ ਰੱਖ ਕੇ ਤਖ ਸ੍ਰੀ ਦਮਦਮਾ ਸਾਹਿਬ ਤੋਂ ਹੱਥ ਕਰਕੇ ਆਹ ਚੋਣ ਪੱਤਰ ਖੜੀ ਚੱਕੀ ਬੈਠਾ ਸੀ। ਆਹ ਸਾਡਾ ਚੋਣ ਪੱਤਰ ਹੈ। ਮੈਂ ਸਾਰਿਆਂ ਨੂੰ ਕਿਸੇ ਨੂੰ BSP ਬਣਾਉਂਦਾ ਸੀ, BSP ਬਣਾਉਂਦਾ ਸਰ, ਕਿਸੇ ਨੂੰ ਇੰਸਪੈਕਟਰ, ਕਿਸੇ ਨੂੰ ਤਹਿਸੀਲਦਾਰ, ਕਿਸੇ ਨੂੰ ਕਲਰਕ, ਘਰ ਘਰ ਪੁੱਛਦੇ ਸੀ ਤਾਂ ਤੁਸੀਂ ਆ ਕੇ ਸ਼੍ਰੋਮਣੀ ਅਕਾਲੀ ਦਲ ਜੋ ਵੀ ਫੈਸਲਾ ਕਰਦਾ ਪੰਜਾਬ ਨੂੰ ਹਿੱਤ ਚ ਲੈ ਕੇ ਕਰਦਾ, ਗਰੀਬ ਮਜ਼ਦੂਰ ਕਿਸਾਨ ਦੇ ਹਿੱਤਾਂ ਨੂੰ ਦੇਖ ਕੇ ਕਰਦਾ, ਇੱਕ ਅਸੂਲਾਂ ਦੀ ਪਾਰਟੀ ਹੈ, ਕੱਲੀ ਇੱਕ ਪਾਰਟੀ ਹੈ ਦੁਨੀਆ 'ਚ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਫਗਵਾੜੇ ਦੀਆਂ ਸਿੱਖ ਜਥੇਬੰਦੀਆਂ ਸਮੂਹ ਨੇ ਫੈਸਲਾ ਲਿਆ ਸੀ 338 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ SGPC ਵੱਲੋਂ ਕਿੱਥੇ ਦਿੱਤੇ ਗਏ ਉਹ ਹਿਸਾਬ ਹਜੇ ਤੱਕ ਅੰਮ੍ਰਿਤਸਰ ਬੈਠੇ ਸਿੰਘਾਂ ਨੂੰ ਨਹੀਂ ਮਿਲਿਆ। ਅਤੇ ਫਗਵਾੜੇ ਦੀਆਂ ਜਥੇਬੰਦੀਆਂ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਵਿਚਾਰ ਕੀਤੀ ਸੀ ਕਿ ਅਸੀਂ ਰਲ ਕੇ ਸ੍ਰੀ ਸੁਖਜੈਣਾ ਸਾਹਿਬ SGPC ਦੇ ਦਫ਼ਤਰ ਦੇ ਮੂਹਰੇ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਾਂਗੇ, ਸੰਗਤਾਂ ਦਾ ਇਹ ਮੈਸੇਜ ਲੈ ਕੇ ਜਾਵਾਂਗੇ। ਹਜੇ ਤੱਕ ਸਾਡੇ ਅੰਮ੍ਰਿਤਸਰ ਬੈਠੇ ਭਰਾਵਾਂ ਨੂੰ ਇਨਸਾਫ ਨਹੀਂ ਮਿਲਿਆ, ਅਸੀਂ ਇਨਸਾਫ ਚਾਹੁੰਦੇ ਹਾਂ, ਗੁਰੂ ਕਿਰਪਾ ਕਰੇ। ਸੋ ਮੈਂ ਆਪਣੇ ਵੱਲੋਂ ਜ਼ਰੂਰ ਚੈਨਲ ਦਾ ਹੀ ਇਹ ਬੇਨਤੀ ਕਰਦਾ ਹਾਂ, ਗੁਰਮੁਖ ਪਿਆਰਿਓ, ਜਿੰਨਾ ਤੱਕ ਅਸੀਂ ਹੱਥ ਦੇ ਵਿੱਚ ਡੰਡਾ ਜਾਂ ਖੰਡਾ ਫੜਦੇ ਨੇ ਨਾ, ਅੱਗੇ ਹੋ ਕੇ ਨਹੀਂ ਵੱਧਦੇ, ਨਹੀਂ ਚੱਲਦੇ, ਉਨਾ ਤੱਕ ਵਾਰ ਵਾਰ ਨਵੇਂ ਨਵੇਂ ਮਸਲੇ ਉੱਠਦੇ ਰਹਿਣਗੇ, ਨਵੇਂ ਨਵੇਂ ਮਸਲੇ ਆਉਂਦੇ ਰਹਿਣਗੇ। ਮੇਰੇ ਹਿਸਾਬ ਨਾਲ ਉਸ ਪ੍ਰਦਰਸ਼ਨਾਂ ਨਾਲੋਂ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਕੇ ਸਾਹਮਣੇ ਜਾ ਕੇ ਸਵਾਲ ਕਰਨੇ ਨੇ ਜਥੇਦਾਰਾਂ ਦੇ। ਜੇ ਤੁਸੀਂ ਸਾਨੂੰ ਜਵਾਬ ਦਿੰਦੇ ਹੋ ਠੀਕ ਆ, ਨਹੀਂ ਤਾਂ ਉਹਦੇ 'ਤੇ ਠਾ ਕੇ ਆਪਣਾ ਜਥੇਦਾਰ ਬਿਠਾਓ ਵਧੀਆ ਚੁਣ ਕੇ। ਸੋ ਗੁਰੂ ਕਿਰਪਾ ਕਰੇ, ਇਹ ਮੇਰੇ ਵੱਲੋਂ ਸੁਝਾਅ ਸੀ ਜਿਹੜਾ ਇਹ ਜਿਹੜਾ ਸਿੰਘਾਂ ਨੇ ਰੱਖਿਆ ਹੋਇਆ ਹੈ ਮੋਰਚਾ ਜਿਹੜਾ ਹੈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਬਾਬਤ ਸਾਡਾ ਕੋਈ ਪਿੱਛੇ ਨਾ ਰਹਿ ਜਾਈ, ਅਸੀਂ ਜ਼ਰੂਰ ਜਿੰਨਾ ਕੁ ਯੋਗਦਾਨ ਪਾ ਸਕਦੇ ਸਾਰੇ ਜਥੇਬੰਦੀਆਂ ਫਗਵਾੜੇ ਨੇ ਪਾ ਰਹੀ ਹੈ। ਗੁਰੂ ਕਿਰਪਾ ਕਰੇ, ਇਹ ਚੈਨਲ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਕਿ ਜਾਗਰਤ ਹੋਵੋ ਸਾਰੇ ਗੁਰਮੁਖ। ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹਜੇ ਹੱਲ ਨਹੀਂ ਹੋਇਆ ਸੀ, ਅਸੀਂ ਆਹ ਕਿਸਾਨਾਂ ਦਾ ਮਸਲਾ ਅੱਗੇ ਲਿਆ ਕੇ ਰੱਖ ਦਿੱਤਾ। ਨਵੇਂ ਨਵੇਂ ਮਸਲੇ ਉੱਠਦੇ ਰਹਿਣਗੇ ਜਿੰਨਾ ਤੱਕ ਸਾਡੇ ਕੋਲ ਤਖ਼ਤ ਨਹੀਂ, ਸਾਡੇ ਕੋਲ ਤਾਜ ਨਹੀਂ। ਇਸ ਕਰਕੇ ਰਾਜ ਕਰਨ ਵਾਲੇ ਸੀ ਰਾਜ ਨੂੰ ਆਪਣੇ ਸਾਂਭ ਕੇ ਰਾਜ ਗੱਦੀ ਦੇ ਉੱਤੇ ਆਪ ਸਾਂਭੀਏ ਜਾ ਕੇ, ਕਿ ਅੱਜ ਅਸੀਂ ਧਰਨੇ ਲਾ ਕੇ ਮੰਗ ਰਹੇ ਹਾਂ, ਹੁਣ ਆਏ ਸਮੇਂ 'ਤੇ ਗੱਦਾਰ ਲੋਕ ਸਾਡੇ ਕੋਲ ਫੈਸਲੇ ਮੰਗਣ। ਸੋ ਸੱਚਿਆਂ ਨੂੰ ਫੈਸਲੇ ਮੰਗਣ ਦੀ ਲੋੜ ਸਮਾਂ ਝੂਠਿਆਂ ਨੂੰ ਲੋੜ ਹੁੰਦੀ ਸੀ, ਇਹ ਤਾਂ ਸੱਚੇ ਆ। ਸੋ ਗੁਰੂ ਕਿਰਪਾ ਕਰੇ, ਮੈਨੂੰ ਉਮੀਦ ਆ ਕਿ ਸ਼ੇਰੀ ਨਾਲ ਸਿੰਘ ਜਿਹੜੇ ਆ ਅੱਗੇ ਵੱਧ ਕੇ ਰੂਪਾਂ ਦਾ ਜਿਹੜਾ ਵੇਰਵਾ ਲੈਣਗੇ ਅਤੇ ਤਖਤਾਂ ਦੇ ਉੱਤੇ ਸੱਚੇ ਸੁੱਚੇ ਆਪਣੇ ਸਿੰਘਾਂ ਨੂੰ ਬਿਰਾਜਮਾਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੈਗੀ ਆ ਕਿ ਮੈਂ ਤੇਰਾ ਰਿਟਾਇਰਮੈਂਟ ਫੰਡ ਵੀ ਦਵਾ ਦੂੰਗਾ, ਉਸ ਤੋਂ ਵਾਧੂ ਪੈਸੇ ਵੀ ਦਵਾ ਦੂੰਗਾ, ਤੂੰ ਆਪਣਾ ਇਹ ਹੋ ਹੀ ਨਹੀਂ ਸਕਦਾ ਵੀਰ, ਜਿਹੜਾ ਗਲਤ ਹੈ ਹੋ ਹੀ ਨਹੀਂ ਸਕਦਾ, ਉਹਦੇ ਅੰਦਰ ਹੋ ਕੇ ਕਹਿੰਦਾ ਚਲੋ ਬਹੁਤ ਧੰਨਵਾਦ ਤੁਸੀਂ ਲੱਗੇ ਹੋ ਕੋਈ ਗੱਲ ਦੇਣ। ਬੀਬੀ ਜਗੀਰ ਕੌਰ ਜੀ ਜਿਹੜੇ ਇਹਨਾਂ ਨੇ ਪ੍ਰੈਸ ਦੇ ਵਿੱਚ ਵੀ ਜ਼ਿੰਮੇਵਾਰੀ ਲਈ ਨੇ, ਇਹਨਾਂ ਨੇ ਬਾਂਹ ਫੜੀ ਹੈ ਸ਼੍ਰੋਮਣੀ ਕਮੇਟੀ ਦੀ, ਇਹ ਸਾਰਾ ਕੁਛ ਕਰਨਗੇ ਦੋ ਤਿੰਨ ਸਾਲ ਦੇ ਸਾਰੇ ਸਿੱਖਾਂ ਦੇ ਹਿਰਦੇ ਤੁਸੀਂ ਵੀ ਮੇਰੇ ਨਾਲ ਹੋ। ਉਹ 80 ਸਰੂਪਾਂ ਦਾ ਦੇਖੋ ਜੇ ਉਹਨਾਂ ਨੇ ਗਲਤੀ ਕੀਤੀ ਉਹੀ ਅਸੀਂ ਦੇਖ ਰਹੇ ਹਾਂ ਵੀ ਕਿਉਂ ਕੀਤੀ ਹੈ। ਮੈਂ ਚੀਫ ਸੈਕਟਰੀ ਜਿਹੜਾ ਦਰੂਪ ਸਿੰਘ ਜੀ ਨੂੰ ਬੁਲਾਇਆ ਵੀ ਤੂੰ ਪਾਸੇ ਕਿਉਂ ਜਦ ਤੂੰ ਕਰਨਾ ਸੀਗਾ, ਪ੍ਰਧਾਨ ਦੀ ਤਾਂ ਗਲਤੀ ਗਲਤੀ ਹੈ ਕਿਉਂਕਿ ਉਹਦੀ ਐਡਮਿਨਿਸਟ੍ਰੇਸ਼ਨ ਹੈ, ਪ੍ਰਧਾਨ ਸਾਹਿਬ ਨੇ ਐਗਜੈਕਟਿਵ ਨੇ ਐਡਮਿਨਿਸਟ੍ਰੇਸ਼ਨ ਕਰਨੀ ਹੈ ਉਹਨੂੰ ਗੁਰਦੁਆਰਾ ਸਾਹਿਬ ਦੇ ਸੰਬੰਧ ਵਿੱਚ ਜਦੋਂ ਕੋਈ ਅਣਗਹਿਲੀ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਂ ਉਸ ਮਹਾਨ ਸੰਸਥਾ ਦੇ ਕਾਰੋਬਾਰ ਵਿੱਚ ਸੱਚਮੁੱਚ ਪੀੜਾ ਜਿਹੜੀ ਜਿੱਥੇ ਵੀ ਕੋਈ ਬੈਠਾ ਉਹਨੂੰ ਬਹੁਤ ਵੱਡੀ ਹੁੰਦੀ ਹੈ। ਮੈਂ ਸਮਝਦੀ ਹਾਂ ਕਿ ਤੁਹਾਡੀ ਪੀੜਾ ਸੱਚੀ ਹੈ, ਤੁਸੀਂ ਮੈਂ ਨਹੀਂ ਕਹਿੰਦੀ ਕਿ ਤੁਸੀਂ ਗਲਤ ਹੋ, ਤੁਸੀਂ ਬਿਲਕੁਲ ਸਹੀ ਹੋ ਕਿ ਸੀ। ਇੱਕ ਬਾਦ ਸਿੰਘ ਬਾਹਰ ਜਾਂਦਾ ਸੀ ਲੈ ਕੇ ਸਰੂਪ, ਉਹਦੀ ਡਿਊਟੀ ਹੁੰਦੀ ਸੀ, ਉਹ ਮੁਲਾਜ਼ਮ ਜਿਹੜੇ ਪਤਾ ਨਹੀਂ ਕਿਸ ਕੰਮ ਦਾ ਉਹਨਾਂ ਨੇ ਪੈਸਾ ਨਹੀਂ ਜਮ੍ਹਾਂ ਕਰਾਇਆ। ਸਾਨੂੰ ਵਿਸ਼ਵਾਸ ਹੈ ਕਿ ਇਹ ਪਹਿਲਾਂ ਵੀ ਉਹਨਾਂ ਨੇ ਕੀਤਾ। ਅਸੀਂ ਤੁਹਾਡੀ ਦੇ ਦਰਦ ਨੂੰ, ਮੈਨੂੰ ਪਤਾ ਤੁਹਾਡੇ ਅੰਦਰ ਪੀੜਾ ਜਿਹੜੀ ਹੈ ਬਹੁਤ ਸਖਤ ਹੋਣਾ ਪਏਗਾ, ਮੁਲਾਜ਼ਮਾਂ ਨੂੰ ਬਹੁਤ ਸਖਤ ਹੋਣਾ ਪਏਗਾ, ਪ੍ਰਬੰਧਕ ਨੂੰ, ਪ੍ਰਧਾਨ ਨੂੰ, ਲੇਕਿਨ ਮੈਂ ਆਪਣੇ ਪ੍ਰਬੰਧ ਵੀ ਇਸ ਗੱਲ ਦੀ ਕਮਜ਼ੋਰੀ ਮੰਨਦੀ ਹੈ ਕਿ ਉਹਨੇ ਧਿਆਨ ਕਿਉਂ ਨਹੀਂ ਦਿੱਤਾ। ਮੈਂ ਚੀਫ ਸੈਕਟਰੀ ਦੀ ਕਮਜ਼ੋਰੀ ਮੰਨਦੀ ਹੈ ਕਿ ਉਹਨੇ ਧਿਆਨ ਕਿਉਂ ਨਹੀਂ ਦਿੱਤਾ। ਮੈਂ ਉੱਥੇ ਮਿਸ ਕੀਤਾ ਜਾਂ ਪ੍ਰਬੰਧਕ ਸੀ ਉਹਨਾਂ ਵਾਸਤੇ ਵੀ ਮੈਂ ਕਹਿੰਦੀ ਹੈ ਅੱਜ ਤੁਸੀਂ ਸੱਚ ਜਾ ਰਹੇ ਹੋ ਕਿ ਡਿਸਮਿਸ ਕੀਤੀ ਹੈ, ਸਸਪੈਂਡ ਕੀਤੀ ਹੈ, ਉਹਨਾਂ ਨੂੰ ਗੁਲਾਮ ਲਾ ਕੇ ਪੁੱਛਦੀ ਕਾਕਾ ਜੋ ਕੀਤਾ ਗਲਤੀ ਉਹ ਦੱਸੋ ਸਾਨੂੰ ਕਿਉਂ ਕੀਤੀ ਹੈ, ਕਿਉਂ ਇੱਡੀ ਵੱਡੀ ਪਰੇਸ਼ਾਨੀ ਆਈ ਹੈ ਸਾਡੇ ਵਾਸਤੇ। ਅੱਜ ਬਹੁਤ ਵੱਡੀ ਜੋ ਅਣਖੀ ਉਹ ਸੰਸਥਾ ਸੀ ਉਹਦੇ ਵਾਸਤੇ ਨਿਮੋਸ਼ੀ ਹੋਈ ਹੈ, ਮੈਂ ਤੁਹਾਡੇ ਕੋਲ ਮਾਫ਼ੀ ਮੰਗਦੀ ਹਾਂ।